वालों बच्चक और नमकीन बनाई जा रही थी और ये बहुत ही गंदगी भरे हालातों से बनाई जा रही थी। मौके पर अनहाइजीनिक चलान इशू कर दिता और नाल ही इस इंप्रूवमेंट नोटिस भी इशू कर दिता है। हफ्ते का टाइम दिता है कि उस हफ्ते के इस पूरा करे। विभाग वालों अमृतसर के कोट खालसा इलाके दे विच एक घर दे विच चल रही फैक्ट्री दे विच रेड की गई। इस मौके उत्ते काफी खामियां ते गंदगी भी पाई गई, जिसके चलते उक्त फैक्ट्री मालक का चलान भी कटिया गया। सो मीडिया दे नाल गलबात करदे आ सेहत विभाग दे अधिकारी राजेंद्र पाल सिंह ने दस्या कि अमृतसर दे कोट खालसा इलाके दे विच एक व्यक्ति दे वल्लों घर दे विच गच्चक ते नमकीन बनाई जा रही थी। सो फैक्ट्री दे विच बहुत सारी गंदगी भी पाई गई, जिसके चलदे सेहत विभाग दे वल्लों मौके ते ही उक्त फैक्ट्री मालक दा चलान कटिया गया ते नाल ही इंप्रूवमेंट नोटिस भी इशू कर दिता गया कि जिहड़ियां खामियां फैक्ट्री दे विचों पाईआं गईआं ने उह उस नूं जल्द ठीक कर लवे ते फैक्ट्री मालक नूं एक हफ्ते दा समां भी दिता गया। सो अगे गलबात करदे आ सेहत विभाग दे अधिकारी राजेंद्र पाल सिंह ने होर की कुछ कहा, आओ सुनदे हां। ਅਸੀਂ ਅੱਜ ਕੋਟ ਖਾਲਸਾ ਏਰੀਏ ਦੇ ਵਿੱਚ ਰੇਡ ਕੀਤੀ ਹੈ, ਜਿੱਥੇ ਕਿ ਇੱਕ ਵਿਅਕਤੀ ਵੱਲੋਂ ਬੱਚਕ ਔਰ ਨਮਕੀਨ ਬਣਾਈ ਜਾ ਰਹੀ ਸੀ ਔਰ ਇਹ ਬਹੁਤ ਹੀ ਗੰਦਗੀ ਭਰੇ ਹਾਲਾਤਾਂ 'ਚ ਬਣਾਈ ਜਾ ਰਹੀ ਸੀ, ਜਿਸ 'ਤੇ ਵਿਭਾਗ ਵੱਲੋਂ ਮੌਕੇ 'ਤੇ ਅਨਹਾਈਜੀਨਿਕ ਚਲਾਨ ਇਸ਼ੂ ਕਰ ਦਿੱਤਾ ਔਰ ਨਾਲ ਹੀ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰ ਦਿੱਤਾ, ਜਿਹੜੀਆਂ ਕਿ ਇਹਦੇ ਵੱਲੋਂ ਖਾਮੀਆਂ ਪਾਈਆਂ ਗਈਆਂ ਸੀ ਉਹ ਇਸ ਨੂੰ ਹਫ਼ਤੇ ਦਾ ਟਾਈਮ ਦਿੱਤਾ ਹੈ ਕਿ ਉਸ ਹਫ਼ਤੇ ਦੇ ਵਿੱਚ ਇਸ ਨੂੰ ਪੂਰਾ ਕਰੇ ਔਰ ਨਾਲ ਹੀ ਇਸ ਦੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ, ਇੱਕ ਨਮਕੀਨ ਦਾ, ਇੱਕ ਗੁੜ ਦਾ ਲੈ ਲਿਆ। ਸੋ ਉਹਦੇ ਦੂਜੇ ਪਾਸੇ ਉਕਤ ਫੈਕਟਰੀ ਮਾਲਕ ਦੌਲਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਫੈਕਟਰੀ ਮਾਲਕ ਦੇ ਵੱਲੋਂ ਹੱਥ ਜੋੜ ਕੇ ਮੁਆਫੀ ਮੰਗੀ ਗਈ। ਸੋ ਉਹਨਾਂ ਨੇ ਕਿਹਾ ਕਿ ਮੈਂ ਗਲਤੀ ਮੰਨਦਾ ਹਾਂ ਕਿ ਜਿਸ ਜਗ੍ਹਾ 'ਤੇ ਮੈਂ ਕੰਮ ਕਰ ਰਿਹਾ ਉੱਥੇ ਕਾਫੀ ਗੰਦਗੀ ਹੈ ਅਤੇ ਮੈਂ ਜੋ ਵੀ ਕਮੀਆਂ ਪਾਈਆਂ ਗਈਆਂ ਨੇ ਫੈਕਟਰੀ ਦੇ ਵਿੱਚ ਉਸ ਨੂੰ ਜਲਦ ਠੀਕ ਕਰ ਲਵਾਂਗਾ। ਅਜਿਹਾ ਕਹਿਣਾ ਹੈ ਉਕਤ ਫੈਕਟਰੀ ਮਾਲਕ ਦਾ। ਸੋ ਅੱਗੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ। ਕਿਆ ਨਾਮ ਹੈ ਆਪਕਾ, ਕਹਾਂ ਕੇ ਰਹਿਨੇ ਹੋ? ਮੈਂ ਰਾਜਸਥਾਨ ਕਾ ਰਹਿਨੇ ਵਾਲਾ ਹੂੰ, ਦੌਲਤ ਮੇਰਾ ਨਾਮ ਹੈ। ਅਭੀ ਕਹਾਂ ਪੇ ਰਹੇ ਹੋ, ਫੈਕਟਰੀ ਚਲਾ ਰਹੇ ਹੋ? ਯਹਾਂ ਕੋਟ ਖਾਲਸਾ ਫੈਕਟਰੀ ਚਲਾ ਰਹੇ ਹਾਂ। ਕਿੰਨਾ ਚਿਰ ਹੋ ਗਿਆ ਆਪਕੋ? ਮੇਰੇ ਕੋ 7-8 ਸਾਲ ਹੋ ਗਏ ਸਰ। ਅੱਜ ਫੂਡ ਆਫਸਰ ਕੀ ਰੀਡ ਪੜੀ ਹੋਈ ਹੈ, ਕਿਆ ਬਰਾਮਦ ਹੋਇਆ ਸਰ? ਗੱਚਕ, ਕਿਆ ਕਮੀਆਂ ਨਿਕਲੀ? ਗੱਚਕ ਬਣਾ ਰਹੇ ਹਾਂ ਸਰ, ਕਮੀਆਂ ਸੌਦੇ ਮੇਂ ਸਾਰੇ ਮੇਂ ਕਮੀਆਂ ਹੀ ਹੋਤੀ ਹੈ ਸਰ, ਔਰ ਮੇਰੀ ਕੋਈ ਗਲਤੀ ਹੋਵੇ ਤਾਂ ਗਲਤੀ ਮਾਫ ਕਰੋ ਸਰ। ਲੱਗਤਾ ਕਿ ਕਮੀ ਹੈ ਜਾਂ ਪੇ? ਕਮੀ ਸਰ ਆਪਕੇ ਸਾਹਮਣੇ ਸਾਰੀ ਕਮੀ ਹੈ। ਸੁਧਾਰ ਹੋਗਾ ਉਸਕਾ? ਜ਼ਰੂਰ ਹੋਗਾ ਸਰ। ਸੈਂਪਲ ਭਰ ਲਈ ਉਹਨਾਂ ਨੇ? ਸੈਂਪਲ ਭਰ ਲਈ। ਤੋ ਕਿਆ ਮੰਗ ਕਰਦੇ ਪ੍ਰਸ਼ਾਸਨ ਸਾਹਿਬ? ਪ੍ਰਸ਼ਾਸਨ ਸੇ ਇਹ ਹੈ, ਜੋ ਹੋਇਆ ਉਹ ਮੇਰੀ ਮਾਫੀ ਦੇ, ਸਿੱਧੀ ਬਾਤ। ਅੱਗੇ ਅੱਗੇ ਬਣਾਤੀ ਹੋ? ਮੈਂ ਬੁਝਿਆ ਔਰ ਗੱਚਕ ਬਣਾਤਾ ਹੂੰ। ਤੋ ਸੁਧਾਰ ਕੀਆ ਜਾਏਗਾ? ਸੁਧਾਰ ਹੋਏਗਾ ਸਰ, ਬਿਲਕੁਲ 100% ਸੁਧਾਰ ਹੋਏਗਾ। ਸਾਫ ਸਫਾਈ ਹੋਏਗੀ, ਪੂਰੀ ਤਰੀਆ ਸਾਫ ਸਫਾਈ ਕਰਕੇ ਕੰਮ ਕਰੂੰਗਾ। ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ।